ਬਟਾਲਾ ਦੇ ਕਸਬਾ ਘੁਮਾਣ ਵਿਖੇ ਦੀਵਾਲੀ ਵਾਲੇ ਦਿਨ ਦਿਨ ਦਿਹਾੜੇ ਸਰਕਾਰੀ ਸਕੂਲ ਦੇ ਖੇਡ ਮੈਦਾਨ 'ਚ ਸਟੇਡੀਅਮ 'ਚ ਬੈਠੇ ਦੋ ਨੌਜਵਾਨਾਂ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12 ਵਜੇ ਪਿੰਡ ਬੱਲੜਵਾੜ ਤੇ ਪਿੰਡ ਅਤੇਪੁਰ ਦੇ ਦੋ ਨੌਜਵਾਨ ਸਟੇਡੀਅਮ 'ਚ ਬੈਠੇ ਸਨ ਕਿ ਪਲਸਰ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਹਨਾਂ 'ਤੇ ਗੋਲੀਆਂ ਚਲਾ ਦਿੱਤੀਆਂ। ਪ੍ਰਤੱਖ ਦਰਸ਼ੀਆਂ ਅਨੁਸਾਰ ਗੋਲੀ ਮਾਰਨ ਵਾਲੇ ਦੇ ਪਿਸਤੌਲ ਵਿੱਚ ਗੋਲੀ ਫਸ ਗਈ ਜਿਸ ਕਰਕੇ ਹੋਰ ਗੋਲੀ ਨਹੀਂ ਚਲਾ ਸਕਿਆ, ਪਰ ਉਹ ਗੋਲੀ ਚਲਾਉਣ ਲਈ ਜੱਦੋਜਹਿਦ ਕਰਦਾ ਰਿਹਾ। ਦੀਵਾਲੀ ਕਰਕੇ ਪਟਾਕਿਆਂ ਦੀ ਹੋਰ ਖਰੀਦੋ ਫਰੋਖ ਦੀਆਂ ਦੁਕਾਨਾਂ ਲੱਗੀਆਂ ਸਨ ਜਿਸ ਕਰਕੇ ਗੋਲੀ ਦੀ ਆਵਾਜ਼ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਗੋਲੀ ਲੱਗਣ ਵਾਲਾ ਨੌਜਵਾਨ ਕਿਸੇ ਤਰੀਕੇ ਨੇੜੇ ਦੇ ਹਸਪਤਾਲ ਪਹੁੰਚਿਆ ਜਿੱਥੋਂ ਕਿ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ। 15-20 ਮਿੰਟ ਦੀ ਇਸ ਘਟਨਾ ਤੋਂ ਬਾਅਦ ਘੁਮਾਣ ਤੋਂ ਮਹਿਤਾ ਰੋਡ ਨੇੜੇ ਭੁੰਮਾ ਦੇ ਰਜਵਾਹੇ ਕੋਲ ਪਲਸਰ ਮੋਟਰਸਾਈਕਲ ਸੜਕ ਕਿਨਾਰੇ ਦਰਖਤ ਨਾਲ ਜਾ ਟਕਰਾਇਆ ਜਿਸ ਕਾਰਨ ਮੋਟਰਸਾਈਕਲ ਚਲਾ ਰਹੇ ਪਿੰਡ ਪੱਡੇ ਦੇ ਨੌਜਵਾਨ ਸਿਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਪਿੱਛੇ ਬੈਠਾ ਹਰਮਨ ਸਿੰਘ ਵਾਸੀ ਪਿੰਡ ਬਾਗੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਗੋਲੀ ਚਲਾਉਣ ਵਾਲੇ ਦੋ ਨੌਜਵਾਨਾਂ ਅਤੇ 8 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਲੋਕਾਂ ਦੇ ਦੱਸਣ ਮੁਤਾਬਕ ਦੋ ਨੌਜਵਾਨਾਂ 'ਤੇ ਗੋਲੀਆਂ ਲੱਗੀਆਂ ਹਨ, ਪਰ ਪੁਲਿਸ ਨੇ ਇੱਕ ਨੌਜਵਾਨ 'ਤੇ ਗੋਲੀ ਲੱਗਣ ਦੀ ਗੱਲ ਕਹੀ ਹੈ। ਇਹ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਸਰਕਾਰੀ ਕਾਲਜ ਦੀ ਸਰਕਾਰੀ ਸਕੂਲ ਦੀ ਗਰਾਊਂਡ ਹੈ, ਇੱਥੇ ਦੋ ਗੁੱਟ ਨੇ ਆਪਸ ਵਿੱਚ ਅਤੇ ਲੜੇ ਨੇ ਅਤੇ ਇੱਥੇ ਫਾਇਰ ਵੀ ਹੋਏ ਨੇ ਅਤੇ ਉਸ ਤੋਂ ਬਾਅਦ ਵਿੱਚੋਂ SHO ਸਾਹਿਬ ਵੱਲੋਂ ਪਰਚਾ ਦਰਜ ਕੀਤਾ ਗਿਆ ਇਹਦੇ 'ਤੇ ਅਤੇ ਬਾਅਦ ਵਿੱਚੋਂ ਪਤਾ ਲੱਗਾ ਨੇ ਕਿ ਇਹਦੇ ਵਿੱਚ ਇੱਕ ਪਾਰਟੀ ਦੇ ਜਿਹੜੇ ਦੋ ਮੁੰਡੇ ਸੀ ਉਹ ਜਦੋਂ ਮੋਟਰਸਾਈਕਲ 'ਤੇ ਗਏ ਨੇ ਅਤੇ ਬੋਝੇ ਦੇ ਮੋੜ ਦੇ ਲਾਗੇ ਐਕਸੀਡੈਂਟ ਹੋ ਗਿਆ ਉਹਨਾਂ ਦਾ, ਉਹਦਾ ਵੱਜ ਗਏ ਵਿੱਚ ਟਾਹਲੀ ਦੇ ਲਾਗੇ ਅਤੇ ਇੱਕ ਮੁੰਡੇ ਦੀ ਉਹਦੇ 'ਚ ਡੈਥ ਹੋ ਗਈ ਅਤੇ ਦੂਸਰਾ ਜ਼ਖਮੀ ਹੈ ਜਿਹੜਾ ਅੰਮ੍ਰਿਤਸਰ ਗਿਆ ਅਤੇ ਜਿਹੜੇ ਮੁੰਡੇ ਜਿਹੜੇ ਗੋਲੀ ਲੱਗੀ ਹੋਈ ਸੀ ਉਹ ਇੱਕ ਮੁੰਡਾ ਬਬਲੂ ਨਾਂ ਦਾ ਜੀ ਉੱਥੇ ਬੱਲੜਵਾਲ ਪਿੰਡ ਆ ਜੀ ਤੇਜਿੰਦਰ ਸਿੰਘ ਬਬਲੂ, ਉਹ ਅੰਮ੍ਰਿਤਸਰ ਕਾਰਪੋਰੇਟ ਹੌਸਪੀਟਲ 'ਚ ਜੇਰ ਇਲਾਜ ਹੈ। ਨਹੀਂ ਇਹ ਇਹ ਦੇਖਿਆ ਜਾ ਰਿਹਾ, ਵੈਸੇ ਜੋ ਤੇ ਬੰਦਿਆਂ ਦੇ ਨਾਂ ਜਿਹੜੇ ਸਾਹਮਣੇ ਆਏ ਨੇ ਇਹਨਾਂ ਦੀ ਆਪਸ ਵਿੱਚ ਗੁੱਟਬਾਜ਼ੀ ਤਾਂ ਚੱਲਦੀ ਆ ਰਹੀ ਹੈ, ਪਰ ਰੀਸੈਂਟਲੀ ਕੋਈ ਇਹਨਾਂ ਦਾ ਕੋਈ ਅਪਡੇਟ ਨਹੀਂ ਸੀ ਕਿ ਕਿਸੇ ਖਾਸ ਮੁੱਦੇ ਨੂੰ ਲੈ ਕੇ ਤਾਂ ਇਹਨਾਂ ਦੀ ਹੋਈ ਹੋਵੇ। ਸਰ ਜਿਹੜੇ ਗੋਲੀ ਲੱਗੀ ਹੈ ਇਹਦੇ ਨਾਲ ਇੱਕ ਹੋਰ ਵੀ ਆਉਂਦੇ ਹੈਗਾ ਸੀ ਮੁੰਡਾ, ਜਿਹਦੇ ਜਿਹਦੇ ਗੋਲੀ ਲੱਗੀ ਉਹਦੇ ਨਾਲ ਇੱਕ ਹੋਰ ਸੀ, ਦੋ ਜਣੇ ਸੀ ਨਾ? ਹਾਂਜੀ ਹਾਂਜੀ, ਉਹ ਵੀ ਉਹ ਮੈਂ ਪਹਿਲੇ ਤਾਂ ਇਹ ਖਬਰ ਆਈ ਸੀ ਸਾਡੇ ਕੋਲ ਕਿ ਦੋ ਵਿਅਕਤੀਆਂ 'ਤੇ ਲੱਗੀ ਹੈ ਗੋਲੀ, ਪਰ ਹੁਣ ਤਸਦੀਕ ਹੋਇਆ ਕਿ ਗੋਲੀ ਇੱਕ ਦੇ ਲੱਗੀ ਹੈ ਅਤੇ ਉਹ ਉੱਥੇ ਕਾਰਪੋਰੇਟ ਹੌਸਪੀਟਲ ਦਾਖਲ ਹੈ ਅਤੇ ਦੂਸਰਾ ਵਿਅਕਤੀ ਹਜੇ ਕੋਈ ਪਤਾ ਨਹੀਂ ਲੱਗਿਆ ਕਿ ਕਿੱਥੇ। ਸਰ ਜਿਹਨਾਂ ਗੋਲੀ ਮਾਰੀ ਉਹਨਾਂ 'ਚੋਂ ਜਿਹੜਾ ਮਰ ਗਿਆ ਵਾ ਉਹਦੇ ਨਾਲ ਦਾ ਜਿਹੜਾ ਜ਼ਖਮੀ ਹੈ ਸਰ ਉਹਦਾ ਕੀ ਕਲੀਅਰ ਹੋਇਆ ਜੀ? ਉਹ ਵੀ ਹਜੇ ਜ਼ਖਮੀ ਹਜੇ ਬਿਆਨ ਦੇਣ ਦੇ ਫਿੱਟ ਨਹੀਂ, ਉਹ ਵੀ ਅੰਮ੍ਰਿਤਸਰ KD ਹੌਸਪੀਟਲ ਦਾਖਲ ਹੈ। ਸਰ ਉਹ ਕਿੱਥੋਂ ਦਾ ਜੀ? ਉੱਥੇ ਭੋਲ ਬਾਗੇ ਦਾ ਜੀ। ਸਰ ਕੀ ਕਾਰਵਾਈ ਕੀਤੀ ਗਈ ਹੁਣ? ਕੇਸ ਅਸੀਂ 307 ਦਾ ਦਰਜ ਕਰ ਦਿੱਤਾ ਗਿਆ ਅਤੇ ਨੈਕਸਟ ਜਿਸ ਤਰ੍ਹਾਂ ਦੀ ਵੀ ਇਨਵੈਸਟੀਗੇਸ਼ਨ ਵਿੱਚ ਅੱਗੇ ਸਾਹਮਣੇ ਗੱਲਾਂ ਆਉਣਗੀਆਂ ਅਤੇ ਉਹਦੇ ਮੁਤਾਬਕ ਆਦਮੀ ਵੀ ਐਡ ਹੋਣਗੇ ਜੀ, ਕਿਉਂਕਿ ਇਹ ਵੀ ਪਤਾ ਲੱਗਾ ਸੀ ਕਿ ਇਹਨਾਂ ਜੋ 4 ਵਿਅਕਤੀ ਜਿਹੜੇ ਸਾਹਮਣੇ ਆਏ ਨੇ ਅਤੇ ਉਸ ਤੋਂ ਇਲਾਵਾ ਇਹਨਾਂ ਦੇ ਗਰੁੱਪ ਦੇ ਹੋਰ ਵੀ ਇੱਥੇ ਵਿਅਕਤੀ ਹੈਗੇ ਸੀ ਜਿਹਨਾਂ ਦੇ ਗੈਂਗਸਟਰ ਗਰੁੱਪ ਨੇ ਜਿਹਨਾਂ ਦਾ। ਨਹੀਂ ਇਹ ਬਹੁਤ ਜਲਦੀ ਹੋਏਗਾ ਇਹਨਾਂ ਕੁਛ ਕਹਿਣਾ, ਕਿਉਂਕਿ ਇਹ ਜਿਹੜੇ ਖਾਸ ਜਿਹੜੇ ਵਿਅਕਤੀਆਂ ਦੇ ਨਾਂ ਇਹਨੇ ਇੱਕ ਦਿਨ ਛੱਡ ਕੇ ਅਤੇ ਬਾਕੀ ਕਿਸੇ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੈ। ਕੋਈ ਸਰ ਅਸਲਾ ਵਗੈਰਾ ਬਰਾਮਦ ਹੋਇਆ ਜੇ ਕਿ ਨਹੀਂ? ਨਹੀਂ ਅਜੇ ਤਾਈਂ ਕੁਛ ਨਹੀਂ।